ਦੇਸ਼ 'ਚ ਵੱਧ ਰਹੀ ਬੱਚਿਆਂ ਦੇ ਨਾਲ ਰੇਪ ਦੀ ਘਟਨਾਵਾਂ ਤੋਂ ਗੁੱਸਾ ਹੈ ਬਠਿੰਡਾ ਦੇ ਰਜਿੰਦਰ ਕਾਲਜ ਦੇ ਵਿਦਿਆਰਥੀਆਂ ਨੇ ਰੋਸ ਰੈਲੀ ਕੱਢ ਕੇ ਬਲਤਕਾਰੀਆਂ ਤੇ ਕੜੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਤੇ ਵਿਦਿਆਰਥੀਆਂ ਨੇ ਰਜਿੰਦਰ ਕਾਲਜ ਤੋਂ ਰੋਸ ਰੈਲੀ ਸ਼ੁਰੂ ਕੀਤੀ ਹੈ। ਇਹ ਵੱਖ ਵੱਖ ਬਾਜ਼ਾਰਾਂ ਤੋਂ ਹੁੰਦੇ ਹੋਏ ਵਾਪਸ ਕਾਲਜ ਪਹੁੰਚੀ। ਜਿਹੜਾ ਇਹ ਰੇਪ ਹੋਇਆ ਉਸ ਦੇ ਸੰਬੰਧ ਵਿੱਚ ਸਾਨੂੰ ਆਇਆ ਵੀ ਜਿਹੜੀ ਆਸ਼ਿਕਾ ਨਾਲ ਜਿਹੜੀ ਕੁੜੀ ਨਾਲ ਰੇਪ ਹੋਇਆ, ਠੀਕ ਆ, ਉਸ ਨੂੰ ਇਨਸਾਫ ਮਿਲਣਾ ਚਾਹੀਦਾ, ਕਿਉਂਕਿ ਜੇ ਮਤਲਬ ਵੀ ਅਸੀਂ ਨਾ ਬੋਲਾਂਗੇ ਹੈ ਨਾ ਤਾਂ ਉਹ ਗੱਲ ਕੱਲ੍ਹ ਨੂੰ ਸਾਡੇ 'ਤੇ ਵੀ ਆ ਸਕਦੀ ਹੈ ਜੇ ਅਸੀਂ ਇਕਜੁੱਟ ਹੋ ਕੇ ਨਾ ਬੋਲਾਂਗੇ। ਇਸ ਲਈ ਸਾਨੂੰ ਬੋਲਣ ਦੀ ਜਿਹੜੀ ਲੋੜ ਹੈਗੀ, ਕਿਉਂਕਿ ਘਾਹ ਜਿੰਨਾ ਟਾਈਮ ਆਪਾਂ ਵੱਢਦੇ ਨਹੀਂ ਗੇ ਉਨਾ ਟਾਈਮ ਬਹੁਤ ਵੱਡਾ ਹੀ ਹੋਈ ਜਾਊਗਾ, ਜਦੋਂ ਆਪਾਂ ਨੂੰ ਵੱਢਾਂਗੇ ਉਹ ਫਿਰ ਹੀ ਰੁਕੂਗਾ। ਇਸ ਲਈ ਜਿਹੜਾ ਇਨਸਾਫ ਉਹਨੂੰ ਮਿਲਣਾ ਚਾਹੀਦਾ ਹੈਗਾ, ਦੋਸ਼ੀਆਂ ਨੂੰ ਜਿਹੜੀ ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ। ਅਸੀਂ ਇੱਥੇ ਪੰਜਾਬ ਸਟੂਡੈਂਟ ਯੂਨੀਅਨ ਤੋਂ ਬਿਲੋਂਗ ਕਰਦੇ ਹਾਂ, ਅੱਜ ਅਸੀਂ ਰੋਸ ਰੈਲੀ ਕੱਢੀ ਹੈ ਅਤੇ ਜਿਹੜੇ ਮਤਲਬ ਕਾਂਡ ਜੰਮੂ ਕਸ਼ਮੀਰ ਦੇ ਵਿੱਚ ਇੱਕ 8 ਸਾਲ ਦੀ ਕੁੜੀ ਜਿਸਦਾ ਨਾਮ ਆਸਿਫਾ ਉਹਦੇ ਨਾਲ ਹੋਇਆ ਹੈ, ਅਤੇ ਮਤਲਬ ਉਸਨੂੰ ਇੱਕ ਮੰਦਿਰ ਵਿੱਚ ਮਤਲਬ 8 ਦਿਨ ਤੱਕ ਲਗਾਤਾਰ ਰੱਖਿਆ ਗਿਆ ਅਤੇ ਉਸਨੂੰ 8 ਦਿਨਾਂ ਤੱਕ ਲਗਾਤਾਰ ਬਲਤਕਾਰ ਕੀਤਾ ਗਿਆ ਉਸਦਾ, ਅਤੇ ਇਸ ਪ੍ਰਤੀ ਅਸੀਂ ਚਾਹੁੰਦੇ ਹਾਂ ਕਿ ਸਾਰੇ ਲੋਕ ਸੁਚੇਤ ਰਹਿਣ ਅਤੇ ਉਹ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਹੋਣ। ਬਠਿੰਡਾ ਤੋਂ ਨਰੇਸ਼ ਸ਼ਰਮਾ ਦੀ ਰਿਪੋਰਟ, ਚੈਨਲ 2।